ਹੈਲੋ ਹਾਂਜੀ ਸਸਕਾਲ ਜੀ ਪੰਜਾਬ ਸਕੂਲ ਅਧਿਆਪਕ ਦੀ ਨਵੀਂ ਰਿਕਰੂਟਮੈਂਟ ਆਊਟ ਕੀਤੀ ਗਈਆਂ ਹਨ ਜੀ ਕਾਫੀ ਜਿਆਦਾ ਵਧੀਆ ਮੌਕਾ ਹੈ ਜਿਹੜੇ B.Ed ਅਤੇ ETD ਦੇ ਕੈਂਡੀਡੇਟਾਂ ਵਾਸਤੇ ਨਿਕਲ ਕੇ ਆਇਆ ਜੀ ਠੀਕ ਹੈ ਜੀ ਕਿਵੇਂ ਤੁਸੀਂ ਫਾਰਮ ਅਪਲਾਈ ਕਰਨਾ ਹੈ ਕਿ ਕੀ ਐਲੀਜੀਬਿਲਟੀ ਮੰਗੀ ਗਈ ਹੈ ਸਾਰੀ ਡਿਟੇਲ ਇਨਫੋਰਮੇਸ਼ਨ ਤੁਹਾਨੂੰ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਜੀ ਪਰ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਉੱਤੇ ਪਹਿਲੀ ਵਾਰ ਆਏ ਹਨ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦਿਓ ਇੱਥੇ ਥੱਲੇ ਹੀ ਤੁਹਾਨੂੰ ਸਬਸਕ੍ਰਾਈਬ ਬਟਨ ਜਿਹੜਾ ਦੇਖਣ ਨੂੰ ਮਿਲੇਗਾ ਨਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਪੰਜਾਬ ਵਿੱਚ ਆਉਣ ਵਾਲੀ ਹਰੇਕ ਨਵੀਂ-ਨਵੀਂ ਭਰਤੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਉਹ ਦੇਖਣ ਨੂੰ ਮਿਲ ਸਕੇ ਜੀ ਹਾਂ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਆਰਮੀ ਸਕੂਲ ਵੱਲੋਂ ਜਿਹੜਾ ਐਪ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਜੀ ਉੱਚੀ ਬਸਤੀ ਦੇ ਵਿੱਚ ਠੀਕ ਹੈ ਹੁਸ਼ਿਆਰਪੁਰ ਦੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈ ਇਹ ਰਿਕਰੂਟਮੈਂਟਾਂ ਨਿਕਲੀਆਂ ਹਨ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਪੀਜੀਟੀ ਦੀ ਗੱਲ ਕੀਤੀ ਹੈ ਤੇ ਇਹਦੇ ਵਿੱਚ ਮੈਥਮੈਟਿਕਸ ਫਿਜ਼ੀਕਲ ਐਜੂਕੇਸ਼ਨ ਇੰਗਲਿਸ਼ ਅਤੇ ਜੀਓਗ੍ਰਾਫੀ ਦੇ ਟੀਚਰਾਂ ਦੀ ਮੰਗ ਕੀਤੀ ਗਈ ਹੈ ਜੀ ਇਹਦੇ ਲਈ ਉਹਨਾਂ ਦੀ ਸੈਲਰੀ 32000 ਰੁਪਿਆ ਪ੍ਰਤੀ ਮਹੀਨਾ ਹੋਵੇਗੀ ਉਸ ਤੋਂ ਬਾਅਦ ਟੀਜੀਟੀ ਦੀ ਗੱਲ ਕੀਤੀ ਹੈ ਤੇ ਇਹਦੇ ਵਿੱਚ ਸਾਇੰਸ ਮੈਥਮੈਟਿਕ ਇੰਗਲਿਸ਼ ਕਾਉਂਸਲਰ ਕੰਪਿਊਟਰ ਸਾਇੰਸ ਦੇ ਅਧਿਆਪਕਾਂ ਦੀ ਮੰਗ ਕੀਤੀ ਗਈ ਹੈ ਜੀ ਇਹਦੇ ਵਿੱਚ ਉਹਨਾਂ ਦੀ ਸੈਲਰੀ ਜਿਹੜੀ 30000 ਪ੍ਰਤੀ ਮਹੀਨਾ ਹੋਵੇਗੀ ਜੀ ਉਸ ਤੋਂ ਬਾਅਦ ਪੀਆਟੀ ਦੀ ਗੱਲ ਕੀਤੀ ਹੈ ਇਹਦੇ ਵਿੱਚ ਆਰਟ ਐਂਡ ਕਰਾਫਟ ਸਪੋਰਟਸ ਇੰਗਲਿਸ਼ ਹਿੰਦੀ ਸਪੈਸ਼ਲ ਐਜੂਕੇਟਰ ਦੇ ਅਧਿਆਪਕਾਂ ਦੀ ਮੰਗ ਕੀਤੀ ਗਈ ਹੈ ਜੀ ਇਹਦੇ ਵਿੱਚ ਉਹਨਾਂ ਦੀ ਸੈਲਰੀ ਹੈ ਜਿਹੜੀ ਉਹ 28000 ਰੁਪਏ ਪ੍ਰਤੀ ਮਹੀਨਾ ਹੋਣ ਵਾਲੀ ਹੈ ਜੀ ਇਹ ਜਿਹੜੇ ਫਾਰਮ ਆ ਤੁਸੀਂ ਇਹਨਾਂ ਦੇ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਜੀ www.army school utchi basti ਠੀਕ ਹੈ i org ਤੋਂ ਠੀਕ ਹੈ ਜੀ ਇਹ ਜਿਹੜੇ ਫਾਰਮ ਆ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਡੇਟ ਆਫ ਇੰਟਰਵਿਊ ਜਿਹੜੀ ਆ ਉਹ ਤੁਹਾਨੂੰ ਟੈਲੀਫੋਨ ਜਾਂ ਈਮੇਲ ਤੇ ਉੱਤੇ ਜਿਹੜੀ ਆ ਉਹ ਸੈਂਡ ਕਰ ਦਿੱਤੀ ਜਾਏਗੀ ਇਹਦੇ ਵਿੱਚ ਤੁਹਾਡਾ ਕੋਈ ਵੀ ਜਿਹੜਾ ਪੇਪਰ ਨਹੀਂ ਹੋਏਗਾ ਜੀ ਵਾਕ ਇਨ ਇੰਟਰਵਿਊ ਇਹਦੇ ਵਿੱਚ ਰਹਿਣ ਵਾਲੀ ਹੈ ਜੀ ਐ ਤੁਸੀਂ ਇਹਨਾਂ ਦੇ ਸਿੱਧਾ ਸਕੂਲ ਵੀ ਵਿజిਟ ਕਰ ਸਕਦੇ ਹੋ ਜੀ ਅਤੇ ਨਾਲ ਤੁਸੀਂ ਸਕੂਲ ਵਿజిਟ ਕਰ ਸਕਦੇ ਹੋ ਜਾਂ ਤੁਸੀਂ ਇਹਨਾਂ ਦੇ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਜਿਹੜਾ ਉਹ ਫਾਰਮ ਅਪਲਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਨਾਲ ਤੁਹਾਡੇ ਇਹਦੇ ਵਿੱਚ 100 ਰੁਪਿਆ ਉਹ ਫੀਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਤੇ ਇਹ ਜਿਹੜਾ ਫਾਰਮ ਹੈ ਤੁਸੀਂ 15 ਜੂਨ ਤੱਕ ਜਿਹੜੇ ਆ ਉਹ ਅਪਲਾਈ ਕਰਨੇ ਆ ਜੀ 3 ਤਰੀਕ ਤੋਂ ਪਹਿਲਾਂ ਪਹਿਲਾਂ 15 ਜੂਨ ਤੱਕ ਜਿਹੜੇ ਆ ਤੁਸੀਂ ਫਾਰਮ ਇਹਨਾਂ ਦੇ ਅਫੀਸ਼ੀਅਲ ਦਫ਼ਤਰ ਦੇ ਵਿੱਚ ਜਿਹੜੇ ਤੁਸੀਂ ਸੈਂਡ ਕਰਨੇ ਆ ਜੀ ਠੀਕ ਹੈ ਜੀ ਐਵੇਂ ਤੁਸੀਂ ਜਿਹੜਾ ਇਹ ਭਰਤੀ ਵਾਸਤੇ ਅਪਲਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਜਿਹੜੇ ਵੀ ਫਾਰਮ ਨੂੰ ਪਰ ਨਮਸਤੇ ਇੰਟਰਸਟਿਡ ਹਨ ਅਤੇ ਲਿਜੀਬਲ ਹਨ ਜਰੂਰ ਤੋਂ ਫਾਰਮ ਨੂੰ ਅਪਲਾਈ ਕਰਿਓ ਜੀ ਕਾਫੀ ਵਧੀਆ ਮੌਕਾ ਹੈ ਜਿਹੜੇ ਉਹ ਪੰਜਾਬ ਦੇ ਕੈਂਡੀਡੇਟ ਵਾਸਤੇ ਨਿਕਲ ਕੇ ਆਇਆ ਜੀ ਇਹੀ ਅਪਡੇਟ ਸੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਫਾਰਮ ਨੂੰ ਤੁਸੀਂ ਜਿਹੜੇ ਫਰੈਸ਼ਰ ਹਨ ਉਹ 40 ਸਾਲ ਤੱਕ ਅਪਲਾਈ ਕਰ ਸਕਦੇ ਹਨ ਜੀ ਅਤੇ ਜਿਨ੍ਹਾਂ ਕੋ ਐਕਸਪੀਰੀਐਂਸ ਹੈ ਉਹ 67 ਸਾਲ ਤੱਕ ਜਿਹੜੇ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਠੀਕ ਹੈ ਜੀ ਇਹੀ ਜਾਣਕਾਰੀ ਸੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਮਿਲਦੇ ਆ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ